ਫਾਦਰ ਸਾਹਿਬ ਤੁਹਾਡੇ ਤੁਸੀਂ ਜ਼ਿਕਰ ਕਰ ਦਿੱਤਾ ਵਾਈਫ ਦਾ ਵੀ ਮੈਂ ਇਹ ਵੀ ਸਮਝਣਾ ਚਾ ਰਿਹਾ ਹਾਂ ਕਿ ਜਦੋਂ ਇਹ ਟਿੱਪਣੀਆਂ ਹੋਈਆਂ ਤੁਸੀਂ ਬੜੇ ਭਾਵੂਕ ਜਿਹੜੇ ਆ ਟਿੱਪਣੀਆਂ ਨੂੰ ਲੈ ਕੇ ਨਜ਼ਰ ਆਇਓ ਘਰ 'ਚ ਵੀ ਕੋਈ ਗੱਲ ਹੋਈ ਇਹਦੇ ਬਾਰੇ ਯਾ ਦੇਖੋ ਹੁਣ ਤੁਸੀਂ ਛੱਡਤੀ ਪਾਰਟੀ ਕੀ ਗੱਲਾਂ ਹੋਣ ਲੱਗੀਆਂ ਬਾਹਰ ਕਿਵੇਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਜਾਂ ਤੁਹਾਡੇ ਬਰਾਬਰ ਦੇ ਜਿਹੜੇ ਆ ਬੂ ਉਹ ਉਹਨਾਂ ਨੇ ਬੜਾ ਸਿੰਪਲੀ ਇੱਕ ਗੱਲ ਸਮਝਾਈ ਮੇਰੇ ਫਾਦਰ ਪਹਿਲਾਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਰਾਜਨੀਤੀ 'ਚ ਨਹੀਂ ਜਾਣਾ ਚਾਹੀਦਾ ਇਹ ਬਾਲੀ ਵਧੀਆ ਖੇਡ ਨਹੀਂ ਹੈਗੀ ਤੇ ਉਸ ਤੋਂ ਬਾਅਦ ਯਾਨੀ ਕਿ ਜਦੋਂ ਹੁਣ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਤੁਸੀਂ ਆਪ ਦੇ ਆਪ ਇਮੇਜਨ ਕਰਕੇ ਦੇਖੋ ਬਾਈ ਇੱਕ ਦਿਨ ਪਹਿਲਾਂ ਤੁਸੀਂ ਬਹੁਤ ਚੰਗੇ ਹੋ ਅਗਲੇ ਦਿਨ ਹੀ ਉਹੀ ਬੰਦੇ ਤੁਹਾਡੇ ਬਾਰੇ ਕੀ ਗੱਲ ਕਰ ਰਹੇ ਨੇ ਸੋਚ ਕੇ ਦੇਖੋ ਕਿੰਨੇ ਪਰਦੇ ਨੇ ਇਹ ਤਾਂ ਸਿਆਸਤ ਦਾ ਨਾਟਕੀ ਇਹ ਸਿਆਸਤ ਹਰ ਬੰਦੇ ਦੇ ਲਈ ਇਸ ਤਰੀਕੇ ਨਾਲ ਮੇਰੇ ਮੇਰੇ ਲੋਕ ਜਿਹੜੀ ਪਾਰਟੀ ਨੂੰ ਛੱਡ ਕੇ ਜਾਂਦੇ ਨੇ ਅਗਲੇ ਦਿਨ ਉਸੇ ਪਾਰਟੀ ਨੂੰ ਲੈ ਕੇ ਸਵਾਲ ਚੁੱਕਦੇ ਨੇ ਇਹ ਮਤਲਬ ਸਿਆਸਤ ਦਾ ਇੱਕ ਚਿਹਰਾ ਹੈ ਨਹੀਂ ਨਹੀਂ ਸਿਆਸਤ ਤਾਂ ਹੀ ਤਾਂ ਇਹ ਹੀ ਸਿਆਸਤ ਆ ਦੂਰ ਕਰਨੀ ਆ ਸਿਆਸਤ ਵਾਲਾ ਬੰਦਾ ਉਹਨੂੰ ਪਰਦਿਆਂ ਚ ਕਿਉਂ ਰਹਿਣਾ ਪਵੇ ਉਹ ਜਿਹਾ ਜਿਹਾ ਹੈਗਾ ਉਹ ਸਾਹਮਣੇ ਦੇਖੇ ਲੋਕਾਂ ਨੂੰ ਜੇ ਮੈਂ ਚੰਗਾ ਮੈਂ ਮਾੜਾ ਮੈਨੂੰ ਲੋਕ ਐਂ ਪਿਆਰ ਕਰਨ ਐਕਚੁਅਲ ਚ ਲੀਡਰਾਂ ਦੇ ਸਾਡੇਆਂ ਦੇ ਚਿਹਰੇ ਰਾਤ ਨੂੰ ਕੁਝ ਹੋਰ ਹੁੰਦੇ ਨੇ ਸਵੇਰੇ ਕੁਝ ਹੋਰ ਹੋ ਜਾਂਦੇ ਨੇ ਮੇਰੀ ਲੜਾਈ ਇਹੀ ਆ ਜੇ ਮੈਂ ਆਪਦੀ ਜੇ ਹੁਣ ਮੈਨੂੰ ਇੰਨੀ ਕੋਈ ਐਮਐਲਏ ਸ਼ਿਪ ਪਿਆਰੀ ਹੁੰਦੀ ਤਾਂ ਮੈਂ ਆਪਦੀ ਐਮਐਲਏ ਸ਼ਿਪ ਦੇ ਵਿੱਚ ਮੈਂ ਇੰਨੀਆਂ ਇੰਨੀਆਂ ਲੜਾਈਆਂ ਕਿਉਂ ਲੜੀਆਂ ਮੈਂ ਉੱਥੇ ਵੀ ਇਹੀ ਚੀਜ਼ ਦਾ ਸ਼ਿਕਾਰ ਹੋਇਆ ਠੀਕ ਹੈ ਨਾ ਪਰ ਮੈਂ ਤਾਂ ਆਪਦੀ ਆਵਾਜ਼ ਬੁਲੰਦ ਰੱਖੂੰਗਾ ਮੈਂ ਤਾਂ ਲੜੂੰਗਾ ਤੇ ਲੜਦਾ ਰਹੂੰਗਾ ਤੇ ਮੈਂ ਤਾਂ ਇਹੀ ਜਿਹੜੇ ਕੰਮ ਨੇ ਇਹਨਾਂ ਦੇ ਉੱਤੇ ਆ ਆਪ ਦਾ ਜਿਹੜਾ ਫੋਕਸ ਆ ਉਹ ਕਰਕੇ ਰੱਖਣਾ ਹੁਣ ਕਨਈਆ ਕੁਮਾਰਾ ਕਨਈਆ ਕੁਮਾਰ ਨੇ ਪਾਰਟੀ ਨਹੀਂ ਛੱਡੀ ਇੱਕ ਮਿੰਟ ਦੱਸੋ ਮੈਨੂੰ ਨਹੀਂ ਠੀਕ ਆ ਪਾਰਟੀ ਤਾਂ ਬਹੁਤ ਲੰਬੀ ਲਿਸਟ ਹੈ ਨਾ ਜਿਨ੍ਹਾਂ ਨੇ ਛੱਡੀ ਆ ਪਾਰਟੀ ਚ ਤੁਸੀਂ ਪਰਸਨਲੀ ਗੱਲਾਂ ਤੇ ਉਤਰਨ ਦੀ ਕੀ ਲੋੜ ਆ ਯਾਰ ਇਹ ਮੇਰਾ ਪਰਸਨਲ ਡਿਸੀਜਨ ਆ ਮੈਂ ਕਦੇ ਵੀ ਜਿਹੜੀ ਚੀਜ਼ ਮੇਰੇ ਦਿਲ 'ਚ ਹੁੰਦੀ ਆ ਉਹੀ ਮੇਰੀ ਜ਼ੁਬਾਨ ਤੇ ਹੁੰਦੀ ਆ ਮੈਂ ਸਿਰਫ ਇਹਦੇ 'ਚ ਇੰਨੀ ਕੀ ਚੀਜ਼ ਆ ਉਹਦਾ ਫਾਲਟ ਜ਼ਰੂਰ ਮੰਨਦਾ ਵੀ ਇਹਦੇ 'ਚ ਯਾਨੀ ਕਿ ਮੈਨੂੰ ਇਹ ਇਲੈਕਸ਼ਨ ਦੇ ਵਿੱਚ ਵਿਚਾਰ ਨਹੀਂ ਸੀ ਲੈਣਾ ਚਾਹੀਦਾ ਬਟ ਜਦੋਂ ਹੁਣ ਤੁਸੀਂ ਇੱਕ ਸਿਰਫ ਇੱਕ ਪੋਸਟ ਪਾ ਕੇ ਤੁਸੀਂ ਚੰਡੀਗੜ੍ਹ ਆਏ ਹੋ ਇੱਕ ਪੋਸਟ ਤੋਂ ਬਾਅਦ ਤੁਹਾਡੇ ਲੀਡਰ ਤੁਹਾਡੇ ਬਾਰੇ ਆ ਚੀਜ਼ਾਂ ਬੋਲਣ ਲੱਗ ਜਾਣ ਤਾਂ ਤੁਸੀਂ ਕੀ ਕਰੋਗੇ ਠੀਕ ਹੈ ਚਲੋ ਮੈਂ ਸਾਡੇ ਨਾਲ ਬਹੁਤ ਸਾਰੇ ਮੇਰੇ ਸਹਿਯੋਗੀ ਹੈਗੇ ਨੇ ਉਹਨਾਂ ਤੋਂ ਵੀ ਸਵਾਲ ਜਵਾਬ ਲੈਣ ਦੀ ਮੈਂ ਕੋਸ਼ਿਸ਼ ਕਰਦਾ ਹਾਂ ਪਰ ਉਹ ਉਸ ਵਿਚਾਲੇ ਮੇਰਾ ਇੱਕ ਸਵਾਲ ਜ਼ਰੂਰ ਹੈ ਤੁਹਾਡੇ ਉੱਤੇ ਟਿੱਪਣੀਆਂ ਕਰਦੇ ਹੋਏ ਇਹ ਵੀ ਕਿਹਾ ਗਿਆ ਖਾਸ ਤੌਰ ਤੇ ਸੁਖਪਾਲ ਖਹਿਰਾ ਦੇ ਵੱਲੋਂ ਹੂੰ ਕਹਿੰਦੇ ਇਹ ਆਮ ਆਦਮੀ ਪਾਰਟੀ ਚ 골ਡੀ ਐਵੇਂ ਨਹੀਂ ਗਿਆ ਇਹ ਬੰਮ ਰੋੜ ਕੇ ਲਿਆਂਦਾ ਗਿਆ ਕਹਿੰਦੇ ਵਿਜੀਲੈਂਸ ਦਾ ਡਰ ਦਿੱਤਾ ਗਿਆ ਅ ਇੰਟਰਲੌਕ ਟਾਈਲਾਂ ਵਾਲਾ ਬਹੁਤ ਵਿਵਾਦ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਹਦੇ ਬਾਰੇ ਕੀ ਕਹੂੰ ਵੈਸੇ ਨਾ ਜਿਆਦਾ ਆਪਾਂ ਉਹਦੇ ਬਾਰੇ ਬੋਲੀ ਜਾਵਾਂਗੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਕੋਈ ਉਹ ਇੰਨੀ ਬਾਲੀ ਵੱਡੀ ਚੀਜ਼ ਨੇ ਕਿ ਮੈਂ ਹਰੇਕ ਉਹਨਾਂ ਦੀ ਗੱਲ ਦਾ ਜਵਾਬ ਦਵਾਂ ਨਹੀਂ ਉਹਨਾਂ ਨੇ ਤੇ ਇੱਕ ਹੋਰ ਟਿੱਪਣੀ ਮੈਂ ਨਾਲ ਹੀ ਐਡ ਕਰ ਦਵਾਂ ਕਹਿੰਦੇ ਜਿਹੜੀ 75-80 ਹਜ਼ਾਰ ਵੋਟ ਪਈ ਸੀ ਬਾਈ ਇਲੈਕਸ਼ਨ ਚ ਕਾਂਗਰਸ ਦੀ ਟਿਕਟ ਦੇ ਉੱਤੇ ਤਾਂ ਇਹ ਦਲਬੀਰ ਗੋਲਡੀ ਦੀ ਨਲਾਇਕੀ ਸੀ ਵਰਡ ਦਾ ਇਸਤੇਮਾਲ ਕੀਤਾ ਕਹਿੰਦੇ ਦਲਬੀਰ ਗੋਲਡੀ ਦੀ ਨਲਾਇਕੀ ਸੀ ਕਿ ਉਹ ਜ਼ਮਾਨਤ ਨਹੀਂ ਬਚਾ ਸਕੇ ਔਰ 75000 ਵੋਟ ਪਈ ਹਾਂ ਤੁਸੀਂ ਦੇਖੋ ਮੈਂ ਪਾਰਟੀ ਛੱਡੀ ਮੈਂ ਕਿਸੇ ਬਾਰੇ ਵੀ ਕੋਈ ਮਾੜਾ ਚੰਗਾ ਬੋਲਿਆ ਕਿਸੇ ਬਾਰੇ ਵੀ ਕੋਈ ਬਿਆਨ ਦਿੱਤਾ ਆ ਸਰਚ ਕਰ ਲੋ ਆਪਾਂ মিডিਆ ਹਾਊਸ 'ਚ ਬੈਠੇ ਆ ਮੈਂ ਕੁਝ ਵੀ ਮਾੜਾ ਚੰਗਾ ਬੋਲਿਆ ਹੋਵੇ ਕੁਝ ਵੀ ਇੱਕ ਸ਼ਬਦ ਵੀ ਜਦੋਂ ਇਹ ਇਹੋ ਜਿਹੀਆਂ ਗੱਲਾਂ ਬੋਲਣ ਲੱਗੇ ਫੇਰ ਮੈਂ ਸਿਰਫ ਇਹ ਦੋ ਬੰਦਿਆਂ ਦੀਆਂ ਗੱਲਾਂ ਦਾ ਹੀ ਰਿਪਲਾਈ ਕਰ ਰਿਹਾ ਇੱਕ ਸੁਖਪਾਲ ਖਹਿਰਾ ਦੂਜਾ ਪ੍ਰਤਾਪ ਸਿੰਘ ਹਾਂਜੀ ਮੈਂ ਹੋਰ ਕਿਸੇ ਬਾਰੇ ਨਹੀਂ ਬੋਲ ਰਿਹਾ ਠੀਕ ਹੈ ਜੀ ਹੁਣ ਤੁਸੀਂ ਤੁਸੀਂ ਰੱਬ ਥੋੜੀ ਹੋ ਵੀ ਤੁਸੀਂ ਕੁਝ ਵੀ ਕਹਿ ਦੋਗੇ ਤੇ ਬੰਦਾ ਮੂਰੋ ਉਮੀ ਰਹੂਗਾ ਤੁਸੀਂ ਸਹੀ ਹੋ ਤੇ ਅਸੀਂ ਗਲਤਾਂ ਸਭ ਤੋਂ ਵੱਡਾ ਕੇਸ ਜੇ ਅੱਜ ਤੱਕ ਡਰੱਗ ਦਾ ਹੈਗਾ ਤਾਂ ਉਹ ਸੁਖਪਾਲ ਖਹਿਰੇ ਤੇ ਆ ਈਡੀ ਦੀ ਪਹਿਲੀ ਜਿਹੜੀ ਕੋਈ ਬੰਦੇ ਆ ਰਡਾਰ 'ਚ ਆਇਆ ਤਾਂ ਉਹ ਸੁਖਪਾਲ ਖਹਿਰਾ ਇਹ ਮੇਰੇ ਬਾਰੇ ਕੀ ਬੋਲੂਗਾ ਇਹ ਤਾਂ ਆਪ ਖੁਦ ਜੇਲ੍ਹ 'ਚੋਂ ਤਾਂ ਹੋਣਾ ਆ ਜ਼ਮਾਨਤ 'ਤੇ ਬਾਹਰ ਆਇਆ ਤੇ ਮੈਂ ਨਹੀਂ ਚਾਹੁੰਦਾ ਮੈਂ ਇਸ ਟੌਪਿਕ ਤੇ ਜ਼ਿਆਦਾ ਲੰਬਾ ਚੌੜਾ ਇਹਦੇ ਨਾਲ ਬੈਸਾਂ ਇਹ ਆਪਦਾ ਕੰਮ ਕਰੇ ਇਹ ਵੋਟਾਂ ਲੈਣ ਆਇਆ ਵੋਟਾਂ ਲਵੇ ਠੀਕ ਹੈ ਨਾ 4 ਤਰੀਕ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਦਲਬੀਰ ਸਿੰਘ ਗੋਲਡੀ ਉੱਥੇ ਹੀ ਖੜਾ ਹੋਊਗਾ ਦੁੱਖਾਂ ਸੁੱਖਾਂ 'ਚ ਵੀ ਮੈਂ ਹੀ ਜਾਊਂਗਾ ਕੋਈ ਲੋੜ ਪਈ ਤਾਂ ਵੀ ਮੈਂ ਹੀ ਜਾਊਂਗਾ ਇਹ ਤਾਂ ਜੀ ਖੁਦ ਆਪ ਵੀ ਇੰਟਰਵਿਊ 'ਚ ਕਹਿ ਚੁੱਕੇ ਨੇ ਵੀ 27 ਦੇ ਵਿੱਚ ਮੈਂ ਤਾਂ ਭਲਾਥੀ ਜਾਣਾ ਠੀਕ ਹੈ ਨਾ ਵੀ ਜਿਵੇਂ ਇਹ ਸੋਚ ਰਹੇ ਨੇ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਵੀ ਸੋਚਣ ਵਾਲੀ ਆ ਤੁਸੀਂ ਇੱਕ ਬੰਦੇ ਨੂੰ ਤਾਂ ਧੋਖਾ ਦੇ ਰਹੇ ਹੋ ਨਾ ਜਾਂ ਤਾਂ ਤੁਸੀਂ ਸੰਗਰੂਰਾ ਲੈਣ ਦੇ ਰਹੇ ਹੋ ਜਾਂ ਤੁਸੀਂ ਭਲਾਥਾ ਲੈਣ ਦੇ ਰਹੇ ਹੋ ਹੂੰ ਮਤਲਬ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਉਹਨਾਂ ਨੇ ਸੰਗਰੂੜ ਛੱਡ ਜਾਣਾ ਹੈ ਜਦੋਂ ਵਿਧਾਨ ਸਭਾ ਚੋਣਾਂ ਦੀ ਵਾਰੀ ਆਏਗੀ ਕਿ ਉਹ ਪਲੱਸ ਚਲੇ ਜਾਣਗੇ ਵੈਸੇ ਹੀ ਰਿਜ਼ਲਟ ਤੋਂ ਬਾਅਦ ਹੀ ਛੱਡ ਜੀ ਠੀਕ ਹੈ ਚਲੋ ਅਪਰ ਸਵਾਲ ਲੈਣੇ ਆ ਸਾਡੇ ਸਹਿਯੋਗੀ ਬਹੁਤ ਸਾਰੇ ਜੁੜੇ ਹੋਏ ਨੇ ਮੈਂ ਸ਼ੁਰੂਆਤ ਕਰਦੇ ਸਾਡੇ ਸਹਿਯੋਗੀਆਂ ਪਿੱਛੇ ਤਾਨੀਆਂ ਅ ਸਰ ਤੁਹਾਡੇ ਵਾਈਫ ਪੋਲਿਟਿਕਲਸ ਦੇ ਵਿੱਚ ਕਾਫੀ ਐਕਟਿਵ ਨੇ ਤੇ ਉਹਨਾਂ ਨੂੰ ਤੁਹਾਡਾ ਲੇਡੀ ਲਕਵੀ ਮੰਨਿਆ ਜਾਂਦਾ ਹੈ ਤੇ ਤੁਹਾਡੇ ਮੁਤਾਬਕ ਤੁਹਾਡੀ ਪੋਲਿਟਿਕਲ ਜਰਨੀ ਦੇ ਵਿੱਚ ਓਵਰਆਲ ਉਹਨਾਂ ਦਾ ਕੀ ਰੋਲ ਹੈ ਅ ਸ਼ਾਇਦ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਣਾ 2019 ਦੀ ਇਲੈਕਸ਼ਨ ਵੀ ਜਿਹੜੀ ਲੋਕ ਸਭਾ ਦੀ ਸੀ ਮੈਂ ਆਪਦੇ ਵਾਈਫ ਲਈ ਮੰਗ ਰਿਆ ਸੀ ਤੇ 2024 ਦੀ ਵੀ ਜੇ ਮੈਂ ਟਿਕਟ ਮੰਗ ਰਿਆ ਸੀ ਤਾਂ ਆਪਦੇ ਵਾਈਫ ਲਈ ਮੰਗ ਰਿਆ ਸੀ ਤੁਸੀਂ ਦੇਖੋ ਇਹਨਾਂ ਨੇ ਕੋਈ 50000 ਫੀਸ ਜਿਹੜੀ ਸਾਡੇ ਇੱਥੇ ਆਫਿਸ ਆਲਾ ਨੇ ਰੱਖੀ ਸੀਗੀ ਕਿ ਤੁਸੀਂ 50000 ਫੀਸ ਭਰ ਕੇ ਤੁਸੀਂ ਆਪਦੀ ਫਾਈਲ ਅਪਲਾਈ ਕਰ ਸਕਦੇ ਹੋ ਤਾਂ ਉਹ ਮੇਰੇ ਵਾਈਫ ਨੇ ਅਲੱਗ ਤਰੀਕੇ ਨਾਲ ਭਰੀਆ ਮੈਂ ਆਪਦੀ ਅਲੱਗ ਤਰੀਕੇ ਨਾਲ ਮੈਂ ਆਪਦੀ ਵਾਈਫ ਨੂੰ ਉਡਣ ਲਈ ਸਮਾਨ ਦੇਣਾ ਚਾਹਣਾ ਮੈਂ ਆਪਦੀ ਵਾਈਫ ਨੂੰ ਇਹ ਦਿਖਾਉਣਾ ਚਾਹਣਾ ਕਿ ਆਪਾਂ ਚੁੱਪ ਕਰਕੇ ਨਹੀਂ ਰਹਿ ਸਕਦੇ ਉਹ ਹਜ਼ਾਰਾਂ ਲੇਡੀਜ਼ ਨੂੰ ਮਿਲਦੀ ਆ ਉਹ ਆਰਗੇਨਾਈਜੇਸ਼ਨ ਚਲਾਉਂਦੀ ਆ ਹਜ਼ਾਰਾਂ ਭੈਣਾਂ ਬੁਧੀਆਂ ਸਾਥੀ ਨੇ ਸੋ ਇਹ ਅਸੀਂ ਨਹੀਂ ਦਬਾਂਗੇ ਕਦੇ ਵੀ ਕੋਈ ਸਾਡੇ ਤੇ 네ਗੇਟਿਵ ਕਮੈਂਟ ਕਰੂਗਾ ਜਾਂ ਕੁਝ ਕਰੂਗਾ ਹੁਣੇ ਥੋੜੇ ਦਿਨਾਂ ਬਾਅਦ ਮੇਰੇ ਵਾਈਫ ਨੇ ਵੀ ਹੋਪਫੁਲੀ ਤੁਹਾਡੇ ਰੂਬਰੂ ਹੋਣਗੇ ਉਹ ਤੁਹਾਨੂੰ ਸਾਰੀ ਗੱਲਬਾਤ ਦੱਸਣਗੇ ਆਪਣੇ ਬਾਰੇ ਥੈਂਕ ਯੂ ਇੱਕ ਹੋਰ ਸਵਾਲ ਸਾਡੇ ਸਹੋਗੀ ਹੈ ਰਣਵੀਰ ਤੁਸੀਂ ਗੱਲ ਕੀਤੀ ਹੈ ਕਿ ਮੈਂ ਸਹਿ ਨਹੀਂ ਸਕਿਆ ਜਦੋਂ ਮੇਰੇ ਪਿਤਾ ਜੀ ਤੇ ਟਿੱਪਣੀਆਂ ਹੋਈਆਂ ਮੇਰੀ ਧਰਮ ਪਤਨੀ ਤੇ ਟਿੱਪਣੀਆਂ ਹੋਈਆਂ ਪਰ ਸਿਆਸਤ ਦੇ ਵਿੱਚ ਪਹਿਲਾਂ ਵੀ ਐਵੇਂ ਹੁੰਦਾ ਰਿਹਾ ਹੈ ਤੁਹਾਡੀ ਧਰਮ ਪਤਨੀ ਬਾਰੇ ਜਿਹੜੀ ਪਾਰਟੀ 'ਚ ਤੁਸੀਂ ਗਏ ਉਹਨਾਂ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਤਾਂ ਸਵਾਲ ਇਹ ਹੈ ਕਿ ਉਹ ਟਿੱਪਣੀਆਂ ਤੇ ਅੱਜ ਵਾਲੀਆਂ ਟਿੱਪਣੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਫਿਰ ਹਾਂ ਉਹ ਇੱਕ ਬਹੁਤ ਹੀ ਬਜ਼ੁਰਗ ਅਣਪੜ੍ਹ ਬੰਦੇ ਨੇ ਇੱਕ ਗੱਲ ਕਹੀ ਸੀ ਇੱਕ ਬੰਦੇ ਨੇ ਅੱਜ ਹਜ਼ਾਰ ਮੇਲਾ ਸਿੰਘ ਬਣ ਚੁੱਕੇ ਨੇ ਕੀ ਇਹੀ ਇਹੀ ਚੀਜ਼ ਕਰਨੀ ਚਾਹੁੰਦੇ ਆਪਾਂ ਵੀ ਜਿਹੜੀ ਗੱਲ ਉਦੋਂ ਜੇ ਉਹ ਲੜਾਈ ਤਾਂ ਮੇਰੇ ਨਾਲ ਸੀ ਅੱਜ ਉਹ ਗੱਲ ਚੱਕਣ ਦਾ ਕੀ ਮੁੱਦਾ ਹੋ ਗਿਆ ਸੀ ਇਮੋਸ਼ਨਲੀ ਹਰਟ ਕਰਨਾ ਕਿਸੇ ਬੰਦੇ ਨੂੰ ਇਮੋਸ਼ਨਲੀ ਹਰਟ ਕਰ ਰਹੇ ਨੇ ਅੱਜ ਉਹ ਦੁਬਾਰੇ ਚੀ ਚੱਕੀ ਗਈ ਦੁਬਾਰੇ ਬਾਰ ਬਾਰ ਦੱਸਿਆ ਗਿਆ ਇੱਕ ਅਣਪੜਤਾ ਇੱਕ ਬੰਦੇ ਇੱਕ ਬੰਦੇ ਦੀ ਗਲਤੀ ਉੱਥੇ ਤਾਂ ਇੱਕ ਇੱਕ ਮਿੰਟ ਸੀ ਨਾ ਮੰਨਦੇ ਉਹ ਇਹ ਗੱਲ ਇੱਕ ਬੰਦਾ ਸੀ ਅੱਜ ਕਿੰਨੇ ਬੰਦੇ ਨੇ ਉਹ ਕਾਂਗਰਸ ਵਾਲੇ ਫਿਰ ਇੰਨਾ ਚ ਤੇ ਉਹਨਾਂ ਚ ਕੀ ਫਰਕ ਰਹਿ ਗਿਆ ਹਰ ਇੱਕ ਜਗ੍ਹਾ ਤੇ ਪੈਰ ਪੈਰ ਤੇ ਮੇਲਾ ਸਿੰਘ ਨੇ ਪੈਰ ਪੈਰ ਤੇ ਬਸ ਚਿਹਰੇ ਢਗੇ ਹੋਏ ਨੇ ਜਦੋਂ ਚਿਹਰੇ ਨੰਗੇ ਹੋ ਜਾਂਦੇ ਨੇ ਉਹ ਬੰਦੇ ਦਾ ਪਤਾ ਲੱਗ ਜਾਂਦਾ ਤੇ ਆਪਾਂ ਨੂੰ ਸਾਰਿਆਂ ਦਾ ਪਤਾ ਲੱਗ ਜਾਂਦਾ ਮਤਲਬ ਪਾਰਟੀਆਂ ਇੱਕੋ ਜਿਹੀ ਹੋ ਗਈਆਂ ਨਾ ਫਿਰ ਸਾਰਾ ਕੁਝ ਇੱਕੋ ਜਿਹਾ ਹੋ ਗਿਆ ਬਾਈ ਜੀ ਤੁਸੀਂ ਦੇਖੋ ਤਾਂ ਸਹੀ ਵਿਨੇਸ਼ ਸਵਾਲ ਅੱਛਾ ਇਫ ਆਮ ਨਾਟ ਰੋਂਗ ਮੈਨੂੰ ਯਾਦ ਆ ਜਦੋਂ ਤੁਸੀਂ 2022 ਦੀ ਚੋਣ ਲੜ ਰਹੇ ਸੀ ਸੀਐਮ ਸਾਹਿਬ ਦੇ ਖਿਲਾਫ ਤੁਹਾਡੇ ਕੈਂਪੇਨ ਲਈ ਪ੍ਰਿਯੰਕਾ ਗਾਂਧੀ ਆਈ ਸੀਗੇ ਉਦੋਂ ਇੱਕ ਛੋਟਾ ਜਿਹਾ ਇੰਟਰਸਟਿੰਗ ਕਿੱਸਾ ਹੋਇਆ ਸੀ ਉਹ ਮੈਂ ਸ਼ੇਅਰ ਕਰਕੇ ਆਪਦਾ ਕੁਐਸਚਨ ਤੇ ਆਉਂਗਾ ਪ੍ਰਿਯੰਕਾ ਗਾਂਧੀ ਨੂੰ ਰੈਲੀ ਸਪੌਟ ਤੱਕ ਸੁਨੀਲ ਜਾਖੜ ਡਰਾਈਵ ਕਰਕੇ ਲੈ ਕੇ ਗਏ ਸੀਗੇ ਤੇ ਜਦੋਂ ਸੁਨੀਲ ਜਾਖੜ ਨੇ ਤੁਹਾਡੀ ਇੰਟਰੋ ਕਰਵਾਈ ਸੀ ਪ੍ਰਿਯੰਕਾ ਜੀ ਨਾਲ ਤੁਹਾਡੇ ਵਾਈਫੇ ਨਾਲ ਸੀ ਤੇ ਉਹਨਾਂ ਨੇ ਇੰਟਰੋ ਕਰਵਾਈ ਸੀ ਦਲਵੀਰ ਗੋਲਡੀ ਐਮ ਐਲ اے ਕੇ ਕੈਂਡੀਡੇਟ ਹੈ ਧੂਰੀ ਤੋਂ ਤੇ ਸ਼ੀ ਇਸ ਮਿਸਿਸ ਗੋਲਡੀ ਤੇ ਉਹਨਾਂ ਦੇ ਵਰਡ ਸੀਗੇ ਆਈ ਕੋਟ ਕਿ ਸ਼ੀ ਇਸ ਮੋਰ ਪਪੂਲਰ ਦੈਨ ਦਲਵੀਰ ਗੋਲਡੀ ਜੀ ਬਿਲਕੁਲ ਠੀਕ ਹੈ ਜੀ ਅੱਜ ਦਲਵੀਰ ਗੋਲਡੀ ਵੀ ਕਾਂਗਰਸ ਚ ਹੈ ਨਹੀਂ ਸੁਨੀਲ ਜਾਖੜ ਵੀ ਕਾਂਗਰਸ ਚ ਹੈ ਨਹੀਂ ਤੇ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਲਈ ਪ੍ਰਿਯੰਕਾ ਗਾਂਧੀ ਤੱਕ ਨੇ ਕੈਂਪੇਨ ਕੀਤਾ ਸੀ ਤੁਹਾਡੇ ਲਈ ਉਹ ਕੰਪਲੀਮੈਂਟ ਕੀਤੇ ਸੀਗੇ ਇਹੋ ਜਿਹੇ ਕਿਹੜੇ ਸਰਕਮਸਟੈਂਸਸ ਬਣ ਜਾਂਦੇ ਆ ਸਿਆਸਤ ਚ ਆ ਕੇ ਕਿ ਲੀਡਰਾਂ ਨੂੰ ਇੱਕਦਮ ਕੁਇਟ ਕਰਕੇ ਜਾਣਾ ਪੈਂਦਾ ਹੈ ਭਾਵੇਂ ਉਹ ਸੁਨੀਲ ਜਾਖੜ ਹੋਣ ਉਹ ਵੀ ਸਾਡੇ ਕਟਾਰੇ ਚ ਆਏ ਸੀਗੇ ਉਹਨਾਂ ਨੇ ਵੀ ਕਾਂਗਰਸ ਪਾਰਟੀ ਨੂੰ ਲੈ ਕੇ ਕਾਫੀ ਚਰਚਾ ਕੀਤੀ ਤੇ ਭਾਵੇਂ ਦਲਵੀਰ ਗੋਲਡੀ ਹੋਣ ਉਸ ਲੈਵਲ ਦੇ ਕਦਾਵਰ ਨੇਤਾ ਜਿਨ੍ਹਾਂ ਲਈ ਗਾਂਧੀ ਪਰਿਵਾਰ ਕੈਂਪੇਨ ਕਰਨ ਆ ਰਹੇ ਤੇ ਜਿਨ੍ਹਾਂ ਵੱਲੋਂ ਇੱਕ ਕੰਪਲੀਮੈਂਟ ਕੀਤਾ ਜਾ ਰਿਹਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਭਾਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਤੁਸੀਂ ਆਪਦੀ ਜ਼ਿੰਦਗੀ ਦਾ ਅਹਿਮ ਜਿਹੜਾ ਟਾਈਮ ਆ ਤੁਸੀਂ ਇੱਕ ਆਰਗੇਨਾਈਜੇਸ਼ਨ ਨੂੰ ਦੇ ਰਹੇ ਹੋ ਮੈਨੂੰ ਸਭ ਤੋਂ ਵੱਧ ਹਰਟ ਜਿਹੜੀ ਗੱਲ ਕਰੀ ਮੇਰੇ ਬਾਪ ਜ ਮੇਰੇ ਫਾਦਰ ਸਾਹਿਬ ਬਾਰੇ ਬੋਲਣਾ ਮੇਰੀ ਵਾਈਫ ਬਾਰੇ ਬੋਲਣਾ ਮੇਰੇ ਤੇ ਇੱਕ ਦਾ ਵੀ ਤੁਸੀਂ ਹੁਣ ਕਰਪਟ ਹੋ ਜਾਨੇ ਹੋ ਦੋ ਦਿਨਾਂ ਦੇ ਵਿੱਚ ਹੀ ਦੋ ਦਿਨ ਪਹਿਲਾਂ ਤੁਹਾਨੂੰ ਮੈਂ ਤੁਹਾਡੇ ਲੀਡਰ ਮੈਂ ਦੋ ਤਿੰਨ ਕ ਬੰਦਿਆਂ ਕਰਕੇ ਸਾਰੀ ਪ੍ਰੋਬਲਮਾਂ ਮੇਰੀ ਮੇਰੀ ਕੋਈ ਹੋਰ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਤੇ ਬਸ ਇੱਕ ਗੱਲ ਉਹੀ ਆ ਵੀ ਚਾਹੇ ਇਮੋਸ਼ਨਲ ਕਹਿ ਲੋ ਚਾਹੇ ਜਜ਼ਬਾਤੀ ਕਹਿ ਲੋ ਚਾਹੇ ਜਲਦਬਾਜੀ ਕਹਿ ਲੋ ਇਹਨੂੰ ਸ਼ਬਦ ਕੋਈ ਵੀ ਦੇ ਦਿਓ ਇਸ ਚੀਜ਼ ਦਾ ਬਟ ਜੇ ਮੇਰੀ ਜਗ੍ਹਾ ਤੇ ਹੁਣ ਜੇ ਜੇ ਤੁਸੀਂ ਆਪਦੇ ਫਾਦਰ ਸਾਹਿਬ ਬਾਰੇ ਸੁਣੀ ਜਾਓਗੇ ਤੁਸੀਂ ਆਪਦੀ ਮਿਸੇਜ਼ ਬਾਰੇ ਸੁਣੀ ਜਾਓਗੇ ਤੁਸੀਂ ਆਪਦੇ ਖੱਛਰ ਕੋੜੇ ਆਪਦੇ ਆਪ ਨੂੰ ਇਹ ਜੇ ਕਮੈਂਟ ਸੁਣ ਕੇ ਵੀ ਤੁਸੀਂ ਉੱਥੇ ਦੇ ਉੱਥੇ ਹੀ ਬੈਠੇ ਰਹੋਗੇ ਮੈਨੂੰ ਲੱਗਦਾ ਫੇਰ ਤੁਸੀਂ ਜਿਉਂਦੇ ਨਹੀਂ ਹੈਗੇ ਤੇ ਸੁਨੀਲ ਸੁਨੀਲ ਜਾਖੜ ਬਾਰੇ ਵੀ ਮੈਂ ਪੁੱਛਿਆ ਸੀ ਨਾ ਬਾਰੇ ਤੁਹਾਡਾ ਕੀ ਵੀ ਉਹ ਕੱਲ ਆਤੀ ਸੀ ਪਹਿਲਾਂ ਵੀ ਸਤਕਾਰਯੋਗ ਸੀ ਅੱਜ ਵੀ ਸਤਕਾਰਯੋਗ ਨੇ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਸਾਰੇ ਹਰ ਇੱਕ ਪਾਰਟੀ ਦੇ ਵਿੱਚ ਚੰਗਾ ਬੰਦਾ ਹੋ ਸਕਦਾ ਕੋਈ ਜ਼ਰੂਰੀ ਨਹੀਂ ਕਿ ਪਾਰਟੀ ਪਾਰਟ ਬੰਦੇ ਹੀ ਪਾਰਟੀਆਂ ਚਲਾਉਂਦੇ ਨੇ ਨਾ ਜੀ ਹੋਰ ਸਵਾਲ ਪੁੱਛਣੇ ਆ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਕਿ ਇਸ ਨੂੰ ਜਲਦਬਾਜ਼ੀ ਕਹਿ ਲਓ ਜਜ਼ਬਾਤ ਕਹਿ ਲਓ ਜਾਂ ਕੁਝ ਵੀ ਕਹਿ ਲਓ ਜੀ ਕਾਂਗਰਸ ਇਸ ਨੂੰ ਗੱਦਾਰੀ ਕਹਿ ਰਹੀ ਹੈ ਮੈਨੂੰ ਲੱਗਦਾ ਵੀ ਬਗਾਵਤ ਤੇ ਗੱਦਾਰੀ ਦੋਵੇਂ ਬੜੇ ਅਲੱਗ-ਅਲੱਗ ਸ਼ਬਦ ਨੇ ਇਹ ਬਗਾਵਤ ਹੈ ਉਹ ਉਹ ਗੱਦਾਰੀ ਕਹਿੰਦੇ ਨੇ ਤੇ ਮੈਂ ਇਹਨੂੰ ਬਗਾਵਤ ਕਹਿਣਾ ਜਿੱਥੇ ਤੁਹਾਡੇ ਤੇ ਅਸੀਹੇ ਹੋਣ ਕੱਲਾ ਮੇਰਾ ਨਾਮ ਨਹੀਂ ਇੱਥੇ ਬਹੁਤ ਸਾਰੇ ਲੀਡਰ ਅਹੇ ਜਿਹਨੇ ਜਿਵੇਂ ਹੁਣੀ ਸੁਨੀਲ ਜਾਖੜ ਸਾਹਿਬ ਦੀ ਗੱਲ ਹੋਈ ਆ ਬਹੁਤ ਸਾਰੇ ਜਹੇ ਚਿਹਰੇ ਨੇ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਮਿਹਨਤ ਕਰੀਆ ਤੇ ਮੈਂ ਇਹ ਵਗਾਵਤ ਕਰੀਆ ਇਹ ਸ਼ਬਦ ਗਦਾਰੀ ਵਾਲਾ ਸਿਰਫ ਖੈਰਾ ਸਾਹਿਬ ਨੇ ਦਿੱਤਾ ਮੈਂ ਖੈਰਾ ਸਾਹਿਬ ਤੋਂ ਪੁੱਛਣਾ ਚਾਹਣਾ ਕਿ ਤੁਸੀਂ ਆਪਦੇ ਪਿਤਾ ਪੁਰਖੀ ਅਕਾਲੀ ਦਲ ਪਾਰਟੀ ਕਿਉਂ ਛੱਡੀ ਕਿ ਤੁਸੀਂ ਗਦਾਰੀ ਨਹੀਂ ਕਰੀਆ ਤੁਸੀਂ ਕਾਂਗਰਸ ਤੋਂ ਇਲੈਕਸ਼ਨ ਲੜੀ ਫਿਰ ਤੁਸੀਂ ਕਾਂਗਰਸ ਨੂੰ ਛੱਡਿਆ ਰਾਹੁਲ ਗਾਂਧੀ ਜੀ ਬਾਰੇ ਤੁਸੀਂ ਨੇ ਟਿੱਕਾ ਟਿੱਪਣੀਆਂ ਕੀਤੀਆਂ ਕੈਪਟਨ ਬਰਿੰਦਰ ਸਿੰਘ ਜੀ ਬਾਰੇ ਤੁਸੀਂ ਨੇ ਟਿੱਕਾ ਟਿੱਪਣੀਆਂ ਕੀਤੀਆਂ ਠੀਕ ਹੈ ਨਾ ਫਿਰ ਤੁਸੀਂ ਇੱਕ ਆਮ ਆਦਮੀ ਚ ਚਲੇ ਗਏ ਫਿਰ ਉਦੋਂ ਬਾਅਦ ਤੁਸੀਂ ਪੰਜ ਸੱਤ ਬੰਦੇ ਲੈ ਕੇ ਫਿਰ ਉਹ ਪਾਰਟੀ ਛੱਡਤੀ ਹੁਣ ਤੁਸੀਂ ਫੇਰ ਕਾਂਗਰਸ ਦੇ ਵਿੱਚ ਆ ਗਏ ਠੀਕ ਹੈ ਨਾ ਕਿ ਇਹਨੂੰ ਤੁਸੀਂ ਮੈਂ ਵਗਾਵਤ ਕਰਿਆ ਤੇ ਮੈਂ ਕਿਤੇ ਵੀ ਮੈਨੂੰ ਕਿਤੇ ਧੱਕਾ ਲੱਗੂਗਾ ਤੇ ਮੈਂ ਹਮੇਸ਼ਾ ਵਗਾਵਤੀ ਰਾਹ ਤੇ ਹੀ ਰਹਾ ਮੈਂ ਬਗਾਵਤ ਹੀ ਕਰਨਾ ਜਾਣਦਾ ਤਾਂ ਦਿਲਵੀਰ ਕੋਈ ਜਾਣਦਾ ਦਿਲਵੀਰ ਗੋਲਡੀ ਬਾਗੀ ਦਿਲਵੀਰ ਗੋਲਡੀ ਹੈ ਬਾਗੀ ਦਿਲਵੀਰ ਗੋਲਡੀ ਜੀ ਠੀਕ ਹੈ ਚਲੋ ਇੱਕ ਹੋਰ ਸਵਾਲ ਹੈ ਸੱਡੀ ਸੋਗੀ ਪ੍ਰੀਤੀ ਹੈ ਸਰ ਮੇਰਾ ਸਵਾਲ ਹੈ ਕਿ ਜਦੋਂ ਤੁਸੀਂ ਤੂਰੀ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਸੀ ਟੋਲ ਪਲਾਜ਼ਿਆਂ ਦੀ ਵੀ ਤੁਸੀਂ ਗੱਲ ਕੀਤੀ ਹੈ ਸਾਨੂੰ ਪਤਾ ਹੈ ਕਿ ਤੁਸੀਂ ਟੋਲ ਪਲਾਜ਼ੇ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ ਤਤੂਰੀ ਦੇ ਵਿੱਚ ਕੁਝ ਸਮੱਸਿਆਵਾਂ ਨੇ ਵੀ ਹੈਗੀਆਂ ਨੇ ਤੁਹਾਨੂੰ ਪਤਾ ਹੋਊਗਾ ਰੇਲਵੇ ਫਾਟਕ ਨੂੰ ਲੈ ਕੇ ਉੱਥੇ ਓਵਰ ਬ੍ਰਿਜ ਨੂੰ ਲੈ ਕੇ ਤੂਰੇ ਦੇ ਵਿੱਚ ਲਾਇਬ੍ਰੇਰੀ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਦੋਂ ਤੱਕ ਹੱਲ ਹੋ ਸਕਦੀਆਂ ਨੇ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਕਾਂਗਰਸ ਦੇ ਸੀਗੇ ਤੁਸੀਂ ਕਾਂਗਰਸ ਦੇ ਤੁਹਾਡੀ ਸਰਕਾਰ ਸੀ ਉਦੋਂ ਵੀ ਨਹੀਂ ਉਹ ਹੱਲ ਹੋਏ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਹੁਣ ਆਮ ਆਦਮੀ ਪਾਰਟੀ ਵੀ ਤੁਹਾਡੀ ਸਰਕਾਰ ਹੈ ਤੇ ਕਦੋਂ ਹੱਲ ਹੋ ਸਕਦੇ ਤੁਸੀਂ ਨੇ ਬਿਲਕੁਲ ਮੈਨੂੰ ਲੱਗਦਾ ਤੁਸੀਂ ਧੂਰੀ ਦਈਓ ਬਿਲਕੁਲ ਬਿਲਕੁਲ ਤੁਸੀਂ ਨੇ ਬਹੁਤ ਸਹੀ ਇਹ ਗੱਲ ਕਰੀ ਤੇ ਬਿਲਕੁਲ ਇਹ ਐਕਚੁਅਲ ਚ ਇਹ ਪ੍ਰੋਬਲਮਸ ਹੈਗੀਆਂ ਨੇ ਬਟ ਹਜੇ ਮੇਰੇ ਵੱਲੋਂ ਇਹਦੇ ਤੇ ਪੁਖਤਾ ਜਾਣਕਾਰੀ ਦੇਣਾ ਮੈਨੂੰ ਲੱਗਦਾ ਟੂ ਅਰਲੀ ਆ ਮੈਨੂੰ ਹਜੇ ਬਹੁਤ ਥੋੜੇ ਦਿਨ ਹੋਏ ਨੇ ਬਟ ਤੁਹਾਨੂੰ ਇਹ ਚੀਜ਼ ਦੀ ਮੈਂ ਸ਼ੋਰਟੀ ਦਿੰਨਾ ਔਨ ਰਿਕਾਰਡ ਕਹਿ ਰਿਹਾ ਤੁਹਾਨੂੰ ਤੁਹਾਡਾ ਇਹ ਭਰਾ ਇਸ ਮੁੱਦਿਆਂ ਲਈ ਲੜਦਾ ਨਜ਼ਰ ਆਊਗਾ ਚਲੋ ਮੇਰੇ ਕੋਲ ਦੋ ਸਵਾਲ ਨੇ ਮੈਂ ਉਸ ਤੋਂ ਹੀ ਵੈਂਡ ਅਪ ਕਰੂੰਗਾ ਪਹਿਲਾ ਸਵਾਲ ਹੈ ਕਿ ਹੁਣ ਦਿਲਬੀਰ ਗੋਲਡੀ ਦਾ ਮਕਸਦ ਕੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਮਕਸਦ ਇਹ ਸਮਝ ਆ ਰਿਹਾ ਕਿ ਦਲਬੀਰ ਗੋਲਡੀ ਦੇ ਜ਼ਹਿਨ ਚ ਕੀ ਬਸ ਸੁਖਪਾਲ ਖੇੜਾ ਜਿੱਤ ਨਹੀਂ ਦੇਣਾ ਕੀ ਹੈ ਨਹੀਂ ਮੈਂ ਨਾ ਤਾਂ ਮੈਂ ਕੋਈ ਐਡਾ ਵੱਡਾ ਬੰਦਾ ਕਿ ਮੈਂ ਕਿਸੇ ਨੂੰ ਜਿਤਾ ਸਕਾਂ ਤੇ ਨਾ ਹਰਾ ਸਕਾਂ ਕਿਰਪਾ ਗੁਰੂ ਮਹਾਰਾਜ ਨੇ ਕਰ ਰਹੀ ਹੈ ਨਾ ਪੋਲੀਟੀਕਲ ਲੱਗਉਂਦੀ ਮੇਰਾ ਇੱਥੇ ਰਾਜਾ ਬੜਿੰਗ ਬੈਠੇ ਸੀ ਇੱਥੇ ਪ੍ਰਤਾਪ ਬਾਜਵਾ ਬੈਠੇ ਸੀ ਕਹਿੰਦੇ ਅਸੀਂ ਬਿੱਟੂ ਜਿੱਤਣ ਨਹੀਂ ਦੇਣਾ ਬਹੁਤ ਕਲੀਅਰ ਆ ਸੀ ਬਿੱਟੂ ਨਹੀਂ ਜਿੱਤਣ ਦੇਣਾ ਤੁਸੀਂ ਕਹਿੰਦੇ ਹੋ ਕਿ ਸੁਖਪਾਲ ਖੇੜਾ ਜਿੱਤ ਨਹੀਂ ਦੇ ਨਹੀਂ ਨਹੀਂ ਮੇਰੀ 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 ਮੈਂ ਐਕਟਿਵ ਪੋਲੀਟਿਕਸ ਕਦੇ ਕਰੀ ਹੀ ਨਹੀਂ ਤੇ ਨਾ ਹੀ ਮੈਂ ਕਰਨੀ ਆ ਮੇਰਾ ਏਮ ਤਾਂ ਮੈਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਕਮਿਟਮੈਂਟ ਦਾ ਸਿਰਫ ਇੰਨੀ ਕਾ ਵੀ ਮੈਂ ਧੂਰੀ ਦੀ ਡਿਵੈਲਪਮੈਂਟ ਚਾਹਣਾ ਜੀ ਤੇ ਮੈਂ ਉਹ ਕਰਵਾਉਣੀ ਆ ਤੇ ਮੈਂ ਉਹਦੇ ਤੇ ਕੰਮ ਕਰਨਾ ਤੇ ਇਹਦੇ ਚ ਕੋਈ ਜਿੱਤੇ ਹਾਰੇ ਇਹ ਡਿਫਰੈਂਟ ਗੱਲਾਂ ਨੇ ਮੈਂ ਜਿਹੜਾ ਆ ਥੋੜੇ ਜਿਹੇ ਦਿਨਾਂ ਦੇ ਵਿੱਚ ਜਿਹੜਾ ਇੱਕ ਥੋੜਾ ਜਿਹਾ ਨੈਗੇਟਿਵ ਚੀਜ਼ ਮੇਰੇ ਵੱਲੋਂ ਚੱਲੇਗੀ ਉਹ ਇਹ ਲੱਗਿਆ ਕਿ ਇਹਨੇ ਪਾਰਟੀ ਛੱਡ ਕੇ ਇੱਧਰ ਚਲਾ ਗਿਆ ਬਟ ਜੇ ਉਹ ਉਹ ਤਾਂ ਸਿੱਧ ਹੁੰਦੀ ਜੇ ਮੈਂ ਟਿਕਟ ਲੈਂਦਾ ਹੁੰਦਾ ਕਿਸੇ ਤੋਂ ਉਹ ਤਾਂ ਸਿੱਧ ਹੋਣੀ ਸੀ ਜਦੋਂ ਮੈਂ ਟਿਕਟ ਹੀ ਨਹੀਂ ਲੈ ਰਿਹਾ ਮੈਂ ਟਿਕਟ ਥੋੜੀ ਮੰਗ ਰਿਹਾ ਇਹ ਜ਼ਿਆਦਾ ਤਾਂ ਟਿਕਟ ਕਿਉਂਕਿ ਪਰਸੈਪਸ਼ਨ ਦੀ ਗੱਲ ਹੈ ਨਾ ਮੇਰਾ ਇੱਕ ਪਰਸੈਪਸ਼ਨ ਸੀ ਬੈਠੇ ਗਏ ਕਿ ਕੋਈ ਆਗੂ ਟਿਕਟ ਨਾ ਮਿਲਣ ਤੋਂ ਬਾਅਦ ਪਾਰਟੀ ਛੱਡ ਰੇ ਦਾ ਮਤਲਬ ਇਹ ਹੈ ਕਿ ਉਹਨੂੰ ਟਿਕਟ ਚਾਹੀਦੀ ਸੀ ਤੁਸੀਂ ਜਿੰਨੀ ਮਰਜ਼ੀ ਦਿਲੀਨਾ ਦੋ ਹਾਂ ਜਿੰਨੀ ਮਰਜ਼ੀ ਕੁਝ ਮਰਜ਼ੀ ਕਰਦਾ ਬੜਾ ਕਲੀਅਰ ਹੈ ਲੋਕਾਂ ਦੀ ਮਨ ਤੇ ਮੇਰਾ ਜਿਹੜਾ ਆਉਣ ਵਾਲਾ ਸਮਾਂ ਉਹੀ ਦੱਸੂਗਾ ਵੀ ਮੈਂ ਇਹ ਡਿਸੀਜਨ ਕਿਸ ਕਰਕੇ ਲਿਆ ਮੈਂ ਇਹ ਚੰਗਾ ਲਿਆ ਜਾਂ ਮੈਂ ਮਾੜਾ ਲਿਆ ਜੇ ਦਰਬੀਰ ਸਿੰਘ ਗੋਲਡੀ ਘਰੇ ਬਹਿ ਗਿਆ ਉਹ ਲੋਕਾਂ ਲਈ ਕੰਮ ਕਰਦਾ ਨਾ ਨਜ਼ਰ ਆਇਆ ਜਾਂ ਉਹ ਲੜਦਾ ਨਾ ਨਜ਼ਰ ਆਇਆ ਤਾਂ ਤੁਸੀਂ ਕਹਿ ਸਕਦੇ ਹੋ ਬੇ ਤੁਸੀਂ ਨੇ ਕੁਝ ਨਾ ਕੁਝ ਅਜੀਹੀ ਚੀਜ਼ ਕਰੀ ਹੋਣੀ ਆ ਤੇ ਪਰਮਾਤਮਾ ਦੀ ਕਿਰਪਾ ਤੇ ਜਦੋਂ ਦਾ ਸ਼ੁਰੂ ਤੋਂ ਇਹ ਇਹ ਇਧਰੋਂ ਲੜ ਰਹੇ ਆ ਜਾਨੀ ਕਿ ਜੋ ਵੀ ਚੀਜ਼ਾਂ ਕਰ ਰਹੇ ਆ ਤਾਂ ਕਦੇ ਵੀ ਆਵਾਜ਼ ਦਬੀ ਨਹੀਂ ਹੈਗੀ ਕਿਸੇ ਦੇ ਡਰ ਤੋਂ ਕਿਸੇ ਦੇ ਪਹਿ ਤੋਂ ਜਦੋਂ ਤੁਸੀਂ ਸਹੀ ਹੁੰਨੇ ਹੋ ਠੀਕ ਹੈ ਇਹਦੇ 'ਚ ਮੈਂ ਬਿਲਕੁਲ ਲਾਸਟ ਦੇ ਵਿੱਚ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜਾ ਮੈਂ ਡਿਸੀਜਨ ਲਿਆ ਕਿਉਂਕਿ ਮੰਨਣਾ ਚਾਹੀਦਾ ਇਨਸਾਨ ਨੂੰ ਮੇਰਾ ਇਹ ਟਾਈਮਿੰਗ ਗਲਤ ਸੀ ਠੀਕ ਹੈ ਮੇਰੀ ਇਹ ਟਾਈਮਿੰਗ ਗਲਤ ਸੀ ਬਾਕੀ ਹੋਰ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਤੇ ਮੈਂ ਪਾਰਟੀ ਗਲਤ ਹੈ ਹਾਂ ਤੁਹਾਡੇ ਬਹੁਤ ਗਰੀਬੀ دوست ਐ ਬਰਿੰਦਰ ਢਿੱਲੋਂ ਉਹ ਕਹਿੰਦੇ ਪਾਰਟੀ ਗਲਤ ਚੂਜ਼ ਕਰ ਗਿਆ ਬਰਿੰਦਰ ਤੇ ਮੈਂ ਅਸੀਂ ਇਕੱਠਿਆਂ ਨੇ ਕੰਮ ਕਰਿਆ ਬਹੁਤ ਸਾਰਿਆਂ ਨੇ ਕੰਮ ਕਰਿਆ ਅਸੀਂ ਨੇ ਬਹੁਤ ਜ਼ਿਆਦਾ ਤੇ ਮੈਂ ਤੁਹਾਨੂੰ ਬਾਰ-ਬਾਰ ਕਹੀ ਆ ਨਾ ਕਿ ਕੋਈ ਵੀ ਆਰਗੇਨਾਈਜੇਸ਼ਨ ਚੰਗੀ ਜਾਂ ਮਾੜੀ ਨਹੀਂ ਹੁੰਦੀ ਠੀਕ ਹੈ ਉਹਨੂੰ ਚਲਾਉਣ ਵਾਲੇ ਬੰਦੇ ਚੰਗੇ ਜਾਂ ਮਾੜੇ ਹੋ ਸਕਦੇ ਨੇ ਠੀਕ ਹੈ ਚਲੋ ਮੇਰਾ ਆਖਰੀ ਸਵਾਲ ਦਲਵੀਰ ਗੋਲਡੀ ਆਪਣਾ ਸਿਆਸੀ ਭਵਿੱਖ ਹੁਣ ਕੀ ਸੋਚ ਰਿਹਾ ਹੈ ਦੇਖ ਰਿਹਾ ਹੈ ਕਿ ਤੁਸੀਂ ਧੂਰੀ ਦੇ ਨਾਲ ਜੁੜੇ ਰਹੋਗੇ ਜਾਂ ਤੁਹਾਡਾ ਪਲਾਨ ਕੁਝ ਵੱਖਰਾ ਵੀ ਹੋ ਸਕਦਾ ਧੂਰੀ ਮੇਰੀ ਮਿੱਟੀ ਹੈ ਜੀ ਧੂਰੀ ਮੇਰਾ ਪਿਆਰ ਹੈ ਕਿਉਂਕਿ ਮੈਂ ਪਹਿਲਾਂ ਸਵਾਲ ਕੀਤਾ ਸੀ ਕਿ ਬੜੀਆਂ ਚਰਚਾਵਾਂ ਕਿ ਬਰਨਾਲੇ ਚਲੇ ਜਾਣਾ ਹੈ ਤੁਸੀਂ ਓਰ ਸੀਟ ਪਰ ਨੂੰ ਫੜ ਲੈਣਾ ਨਹੀਂ ਇਹ ਦੇਖੋ ਸਮੇਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਧੂਰੀ ਹੀ ਮੈਂ ਜੰਮਿਆ ਧੂਰੀ ਮੈਂ ਪਲਿਆ ਧੂਰੀ ਮੈਂ ਖੇਡਿਆ ਸਾਰਾ ਕੁਝ ਮੇਰਾ ਧੂਰੀ ਆ ਠੀਕ ਹੈ ਨਾ ਹੁਣ ਇਹਦੇ 'ਚ ਕੋਈ ਤੁਸੀਂ ਐਂ ਕੋਈ ਤੈਅ ਨਹੀਂ ਕਰ ਸਕਦੇ ਕਿ ਮੈਂ ਆਹੀ ਚੀਜ਼ ਕਰੂੰਗਾ ਜਾਂ ਆਹ ਚੀਜ਼ ਨਹੀਂ ਕਰੂੰਗਾ ਕਿਉਂਕਿ ਇਹਦੇ 'ਚ ਭਵਿੱਖ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ ਤੇ ਮੈਂ ਤਾਂ ਸੰਘਰਸ਼ ਕਰਕੇ ਇੱਥੇ ਤੱਕ ਆਇਆ ਸੰਘਰਸ਼ ਕੋਈ ਰਸਤਾ ਸੌਖਾ ਨਹੀਂ ਹੁੰਦਾ ਇੱਥੇ ਮੈਂ ਜ਼ੀਰੋ ਤੋਂ ਸ਼ੁਰੂ ਕਰ ਰਿਹਾ ਹਾਂ ਬਿਲਕੁਲ ਜ਼ੀਰੋ ਤੋਂ ਜੇ ਮੈਂ ਕਿਸੇ ਨਵੀਂ ਆਰਗੇਨਾਈਜੇਸ਼ਨ ਨਾਲ ਜੁੜਿਆ ਤਾਂ ਜਿਹੜੀ ਉਧਰ ਚਾਹੇ ਕੁਝ ਵੀ ਸੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗਾ ਸੋ ਇਹ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਜਿੰਨਾ ਕ ਮੈਂ ਆਪਦਾ ਦਿਲ ਕਲੀਅਰ ਕਰਕੇ ਗੱਲ ਕਰਦਾ ਵੀ ਮੇਰਾ ਕੋਈ ਲੀਡਰੀ ਤੇ ਮੇਰੇ ਦੋ ਚਿਹਰੇ ਨਹੀਂ ਹੈਗੇ ਮੇਰਾ ਇੱਕੋ ਹੀ ਚਿਹਰਾ ਜਿਹਾ ਜਿਹਾ ਮੈਂ ਹੈਗਾ ਮੈਂ ਹੈਗਾ ਤੇ ਪ੍ਰਮਾਤਮਾ ਦੀ ਕਿਰਪਾ ਮੈਂ ਰੱਬ ਤੋਂ ਡਰ ਕੇ ਕਹਿਣਾ ਤੇ ਮੈਂ ਹਮੇਸ਼ਾ ਹੀ ਯਾਨੀ ਕਿ ਚੰਗਾ ਹੀ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਪ੍ਰਮਾਤਮਾ ਕਦੇ ਵੀ ਕੋਈ ਮਾੜੇ ਰਾਣਾ ਪਾਵੇ ਮਾੜੀ ਕੋਈ ਗੱਲਣਾ ਕਰਾਵੇ ਕਿਸੇ ਪਾਸੇ ਲੈ ਕੇ ਨਾ ਜਾਵੇ ਚਲੋ شکریہ گلڈی جی بہت بہت ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਖੁੱਲ ਕੇ ਆਪਣੀ ਗੱਲ ਰੱਖੀ ਹੈ ਔਰ ਬਹੁਤ ਸਾਰੇ ਇਲਜ਼ਾਮ ਜਿਹੜੇ ਸੀਗੇ ਉਹਨਾਂ ਦੇ ਉੱਤੇ ਵੀ ਤੁਸੀਂ ਖੁੱਲ ਕੇ ਬਹੁਤ ਸਾਰੇ ਜਵਾਬ ਦਿੱਤੇ ਨੇ ਬਹੁਤ ਬਹੁਤ شکریہ ਸਾਡੇ ਨਾਲ ਜੁੜਨ ਦੇ ਲਈ ਬਹੁਤ ਧੰਨਵਾਦ ਭਾਈ ਬੜੇ ਦਿਨਾਂ ਦਾ ਮੈਂ ਘਰ ਹੀ ਬੈਠਾ ਸੀਗਾ ਤੇ ਤੁਸੀਂ ਨੇ ਮੈਨੂੰ ਬੁਲਾਇਆ ਤੇ ਫਰਸਟ ਇੰਟਰਵਿਊ ਹੈ ਉਸ ਤੋਂ ਬਾਅਦ ਮੇਰੀ ਇਹ ਤੇ ਮੈਂ ਚਾਹਣਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਵੋਟ ਪਾਉਣ ਜ਼ਰੂਰ ਜਾਇਓ ਵੋਟ ਪਾਉਣੀ ਬੇहद ਜ਼ਿਆਦਾ ਲਾਜ਼ਮੀ ਹੈ ਚਾਹੇ ਤੁਸੀਂ ਆਪ ਦੇ ਕਿਸੇ ਵੀ ਮਨਪਸੰਦ ਕੈਂਡੀਡੇਟ ਨੂੰ ਪਾਓ ਤੇ ਹਮੇਸ਼ਾ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਔਰ ਘਰਾਂ ਤੱਕ ਨਾ ਪਹੁੰਚਿਆ ਕਰੋ ਜਿਹੜੀਆਂ ਲੜਾਈਆਂ ਨੇ ਤੁਸੀਂ ਆਈਡੀਓਲੋਜੀ ਦੀਆਂ ਲੜਾਈਆਂ ਲੜੋ ਤੁਸੀਂ ਕੰਮਾਂ ਦੀਆਂ ਲੜਾਈਆਂ ਲੜੋ ਤੁਸੀਂ ਕਿਸੇ ਨੂੰ ਹਾਰਟ ਕਰਕੇ ਕਿਸੇ ਦੇ ਪਰਿਵਾਰ ਤੱਕ ਪਹੁੰਚਦੇ ਹੋ ਠੀਕ ਆ ਤੁਹਾਨੂੰ 2 ਮਿੰਟ ਲਈ ਇਹ ਚੰਗਾ ਲੱਗਦਾ ਪਰ ਬਾਤ ਨਹੀਂ ਮੈਂ ਅੱਜ ਵੀ ਤੁਸੀਂ ਦੇਖਿਓ ਅੱਜ ਵੀ ਜਿਹੜੀ ਸਾਰੇ ਇੰਟਰਵਿਊ ਚ ਮੈਂ ਸਿਰਫ ਉਹ ਗੱਲਾਂ ਦਾ ਜਵਾਬ ਦਿੱਤਾ ਜੋ ਉਹਨਾਂ ਨੇ ਮੇਰੇ ਬਾਰੇ ਬੋਲੀਆਂ ਮੈਂ ਉਹਨਾਂ ਬਾਰੇ ਕੋਈ ਵੀ ਮਾੜੀ ਗੱਲ ਨਹੀਂ ਬੋਲੀ ਹਾਲਾਂਕਿ ਹਜ਼ਾਰ ਗੱਲਾਂ ਨੇ ਤਾਂ ਤੁਸੀਂ ਮੰਨੋ ਵੀ ਮੈਂ ਆਦੇ ਦਿਲ ਤੇ ਪੱਥਰ ਰੱਖ ਕੇ ਇਹ ਚੀਜ਼ ਕਰ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਅੱਗੇ ਤੋਂ ਇਹ ਲਾਸਟ ਹੀ ਉਹ ਸੀ ਜਿਹੜਾ ਮੈਂ ਮਾੜਾ ਮੋਟਾ ਕੁਝ ਘਟਬੱਧ ਬੋਲਿਆ ਮੈਂ ਇਸ ਦੂਬਾ ਇਹ ਵੀ ਨਹੀਂ ਬੋਲਣਾ ਕਿਉਂਕਿ ਮੇਰਾ ਜਿਹੜਾ ਨਜ਼ਰੀਆ ਉਹ ਇਹ ਆ ਕਿ ਮੈਂ ਲੋਕਾਂ ਲਈ ਕੰਮ ਕਰਨਾ ਜਿਹੜੇ ਮੈਂ ਫੀਲਡ ਮੈਂ ਖੁਦ ਚੂਜ਼ ਕਰਿਆ ਉਹ ਉਹ ਲੋਕਾਂ ਨੂੰ ਚੰਗਾ ਲੱਗੇ ਉਹ ਲੋਕਾਂ ਨੂੰ ਵਧੀਆ ਲੱਗੇ ਯਾਨੀ ਕਿ ਉਹਨਾਂ ਨੂੰ ਸਾਰਿਆਂ ਨੂੰ ਇੱਕੋ categories ਚ ਨਾ ਗਿਣਿਆ ਜਾਵੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸੋ ਪ੍ਰਮਾਤਮਾ ਜਿਨ੍ਹਾਂ ਨੇ ਵੀ ਆ ਦਿਨਾਂ ਦੇ ਵਿੱਚ ਚੰਗਾ ਜਾਂ ਮਾੜਾ ਬੋਲਿਆ ਮੇਰੇ ਲਈ ਮੇਰੇ ਪਰਿਵਾਰ ਲਈ ਵਾਹਿਗੁਰੂ ਉਹਨਾਂ ਨੂੰ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਤਰੱਕੀਆਂ ਮਿਲਣ ਸਾਰਿਆਂ ਨੂੰ ਪਰ ਸੋਚਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਬੋਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ